ਇਹ ਖਬਰ ਹੈ ਜੋ ਮਾਛੀਵਾੜੇ ਤੋਂ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਕਿਉਂਕਿ ਇਸ ਦੇ ਵਿੱਚ ਇੱਕ ਪਰਿਵਾਰ ਨੇ ਪੀਜ਼ਾ ਮੰਗਵਾਇਆ ਸੀ, ਪੀਜ਼ੇ ਦੇ ਵਿੱਚ ਕੋਕਰੋਚ ਨਿਕਲ ਗਿਆ, ਜਿਸ ਤੋਂ ਬਾਅਦ ਹੰਗਾਮਾ ਹੋ ਗਿਆ। ਜੀ ਹਾਂ, ਦੱਸ ਦਈਏ ਕਿ ਇੱਕ ਦੁਕਾਨ 'ਤੇ ਵਿਅਕਤੀ ਹੈ ਜੋ ਪੀਜ਼ਾ ਲੈਣ ਗਿਆ ਸੀ, ਜਦੋਂ ਘਰ ਆਇਆ ਅਤੇ ਘਰ ਉਸਨੇ ਬੱਚਿਆਂ ਨੂੰ ਪੀਜ਼ਾ ਦੇਣ ਲੱਗਾ ਤਾਂ ਉਸਦੇ ਵਿੱਚ ਉਹ ਕੋਕਰੋਚ ਨਿਕਲ ਆਇਆ। ਸੋ ਦੱਸ ਦਈਏ ਕਿ ਹਰਦੀਪ ਸਿੰਘ ਨਾਗਰਾ ਨੇ ਦੱਸਿਆ ਕਿ ਪੀਜ਼ਾ ਖੋਲ੍ਹ ਕੇ ਇਸ ਨੂੰ ਖਾਣਾ ਸ਼ੁਰੂ ਕੀਤਾ ਤਾਂ ਉਸਨੇ ਵੇਖਿਆ ਕਿ ਉਸ ਵਿੱਚ ਇੱਕ ਥਾਂ 'ਤੇ ਮਰਿਆ ਹੋਇਆ ਕੋਕਰੋਚ ਚਿਪਕਿਆ ਪਿਆ ਸੀ। ਉਸਨੇ ਸਾਰਾ ਖਾਣਾ ਤੁਰੰਤ ਬੰਦ ਕਰ ਦਿੱਤਾ। ਇਹ ਮਰੇ ਹੋਏ ਕੋਕਰੋਚ ਵਾਲਾ ਪੀਜ਼ਾ ਲੈ ਕੇ ਉਹ ਫਾਸਟ ਫੂਡ ਵਾਲਾ ਦੁਕਾਨ 'ਤੇ ਗਿਆ ਤਾਂ ਅੱਗੋਂ ਕੰਮ ਕਰਨ ਵਾਲੇ ਲੜਕਿਆਂ ਨੇ ਕਿਹਾ ਕਿ ਸਾਡੀ ਕੋਈ ਗਲਤੀ ਨਹੀਂ ਹੈ, ਕੋਕਰੋਚ ਪਤਾ ਨਹੀਂ ਕਿੱਥੋਂ ਆ ਗਿਆ। ਹਰਦੀਪ ਸਿੰਘ ਨਾਗਰਾ ਨੇ ਕਿਹਾ, ਜੇਕਰ ਇਹ ਮਰਿਆ ਹੋਇਆ ਕੋਕਰੋਚ ਵਾਲਾ ਪੀਜ਼ਾ ਮੇਰੇ ਬੱਚੇ ਖਾ ਲੈਂਦੇ ਤਾਂ ਉਹਨਾਂ ਤਾਂ ਬਿਮਾਰ ਹੋ ਜਾਣਾ ਸੀ। ਹਰਦੀਪ ਸਿੰਘ ਨੇ ਕਿਹਾ ਕਿ ਉਸਨੇ ਸਿਹਤ ਵਿਭਾਗ ਨੂੰ ਇਸ ਸੰਬੰਧੀ ਲਿਖਤੀ ਸ਼ਿਕਾਇਤ ਕਰੇਗਾ ਤਾਂ ਜੋ ਇਹ ਗੰਦਾ ਖਾਣਾ ਸਪਲਾਈ ਕਰਨ ਵਾਲੇ ਫਾਸਟ ਫੂਡ ਦੁਕਾਨਦਾਰ ਖਿਲਾਫ਼ ਸਖ਼ਤ ਕਾਰਵਾਈ ਹੋਵੇ। ਜਦੋਂ ਇਸ ਸੰਬੰਧੀ ਮੋਬਾਈਲ ਫੋਨ 'ਤੇ ਫਾਸਟ ਫੂਡ ਦੀ ਦੁਕਾਨ ਚਲਾਉਣ ਵਾਲੇ ਮੈਨੇਜਰ ਨਾਲ ਗੱਲ ਕਰਨੀ ਚਾਹੀ ਤਾਂ ਉਹਨੇ ਕਿਹਾ ਕਿ ਖਾਣਾ ਬਣਾਉਣ ਵੇਲੇ ਪੂਰੀ ਸਫਾਈ ਰੱਖੀ ਜਾਂਦੀ ਹੈ, ਅਜਿਹੀ ਲਾਪਰਵਾਹੀ ਤਾਂ ਹੋ ਨਹੀਂ ਸਕਦੀ। ਉਹਨਾਂ ਕਿਹਾ ਕਿ ਪੀਜ਼ਾ 400 ਡਿਗਰੀ ਤਾਪਮਾਨ 'ਤੇ ਤਿਆਰ ਕੀਤਾ ਜਾਂਦਾ ਅਤੇ ਇਸ ਵਿੱਚ ਜੇ ਕਾਕਰੋਚ ਹੁੰਦਾ ਤਾਂ ਉਹ ਪੂਰੀ ਤੜਾ ਸੜ ਜਾਣਾ ਸੀ। ਪਰ ਇਹ ਵੀਡੀਓ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ, ਤੁਸੀਂ ਦੇਖ ਸਕਦੇ ਹੋ ਕਿ ਇਸ ਪੀਜ਼ਾ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਹ ਕੋਕਰੋਚ ਚਿਪਕਿਆ ਹੋਇਆ। ਮੇਰਾ ਹਰਦੀਪ ਸਿੰਘ, ਏਜੰਟ ਰਤੀਪੁਰਾ। ਮੈਂ ਇਹਨਾਂ ਕੋਲੋਂ ਪੀਜ਼ਾ ਮੰਗਾਇਆ ਸੀ ਹੈਲੋ ਫੂਡ ਵਾਲਿਆਂ ਤੋਂ ਜੀ, ਤੇ ਇਹਨਾਂ ਦੇ ਪੀਜ਼ਾ ਮੰਗਾਏ ਨੂੰ 550 ਰੁਪਏ ਇਹਨਾਂ ਨੂੰ ਗੂਗਲ ਪੇ ਕੀਤਾ 3 ਵਜੇ, ਤੇ ਉਸ ਤੋਂ ਬਾਅਦ ਮੈਂ ਪੀਜ਼ਾ ਜਦੋਂ ਖਾਣ ਲੱਗਿਆ ਬੱਚਿਆਂ ਨਾਲ, ਇਹਦੇ ਵਿੱਚੋਂ ਕੋਕਰੋਚ ਨਿਕਲਿਆ। ਮੈਂ ਇਹਨਾਂ ਨੂੰ ਕਾਲ ਕੀਤੀ ਹੈ ਡਿਲੀਵਰੀ ਬੋਆਏ ਨੂੰ, ਉਹਨੇ ਜਾ ਕੇ ਗੱਲ ਕਰਾਈ ਅੰਦਰ, ਉਹ ਜਿਹੜਾ ਇਹਨਾਂ ਦਾ ਬੰਦਾ ਵਾ ਉਹ ਮੈਨੂੰ ਕਹਿੰਦਾ ਫੇਰ ਕੀ ਹੋ ਗਿਆ, ਗਲਤੀ ਬੰਦਿਆਂ ਦਾ ਹੁੰਦੀ ਆ, ਹੋਰ ਪੀਜ਼ਾ ਭੇਜ ਦਿੰਦੇ ਆ, ਤਾਂ ਕੀ ਹੋਣ ਲੱਗਿਆ। ਇਹ ਦੱਸੋ ਇਹਨਾਂ ਦਾ ਫੂਡ ਖਾਣ ਵਾਲਾ ਜਿਹੜੇ ਕੋਕਰੋਚ ਬਣ ਰਹੇ ਨੇ 4-5 ਰੁਪਏ ਦੇ ਤੇ ਪੀਜ਼ਿਆਂ ਦੇ ਵਿੱਚ। ਮੈਂ ਘਰੇ ਮੰਗਾਇਆ ਸੀ ਆਰਡਰ ਤੇ, ਗੂਗਲ ਪੇ ਰਾਹੀਂ ਪੇਮੈਂਟ ਕੀਤੀ ਇਹਨੂੰ, ਮੰਗਾਏ ਨੂੰ ਡਿਲੀਵਰੀ ਬੋਆਏ ਨੂੰ ਇਹਨਾਂ ਦੇ, ਉਦੋਂ ਇਹਨਾਂ ਦੇ ਵਿੱਚ ਕੋਕਰੋਚ ਨਿਕਲਿਆ ਉੱਤੇ ਜੀ, ਗਲਤੀ ਨਹੀਂ ਮੰਨਦੇ ਆ, ਕਹਿੰਦੇ ਕੋਈ ਚੱਕਰ ਨਹੀਂ। ਅਜੇ 3 ਵਜੇ ਮੰਗਾਇਆ ਜੀ, ਹੁਣ ਅਜੇ ਤਾਂ ਅੱਧਾ ਘੰਟਾ ਹੋਇਆ ਜੀ ਮੈਨੂੰ ਮੰਗਾਏ ਨੂੰ। ਮੈਂ ਸਲਾਈ ਸਾਫ਼ ਕਰ ਰਿਹਾ ਸੀਗਾ, ਬੱਚੇ ਨੇ ਖਾਲੀ ਦੂਜੀ ਮੈਂ ਆਪ ਖਾਣ ਲੱਗਿਆ, ਉਹਦੇ ਵਿੱਚੋਂ ਕੋਕਰੋਚ, ਹਜੇ ਪਤਾ ਨਹੀਂ ਚੀਜ਼ ਦੇ ਵਿੱਚ ਵੀ ਕੋਕਰੋਚ ਹੋਊਗਾ ਜੀ। ਮੈਂ ਇਹਨਾਂ ਨੂੰ ਕਾਲ ਕੀਤੀ ਡਿਲੀਵਰੀ ਬੋਆਏ ਨੂੰ, ਜਿਹੜੇ ਨੰਬਰ ਤੋਂ ਮੈਨੂੰ ਕਾਲ ਆਈ ਸੀ, ਤੇ ਉਹ ਬੰਦੇ ਨੂੰ ਮੈਂ ਫੋਨ ਕੀਤਾ, ਉਹਨੇ ਅੰਦਰ ਜਾ ਕੇ ਗੱਲ ਕਰਾਈ ਆ ਮੇਰੇ ਨਾਲ, ਮੈਨੂੰ ਕਹਿੰਦਾ ਵੀ ਫੇਰ ਕੀ ਹੋ ਗਿਆ, ਗਲਤੀ ਬੰਦਿਆਂ ਤੋਂ ਹੀ ਹੁੰਦੀ ਆ, ਤਾਂ ਕੀ ਹੋ ਗਿਆ। ਇਹ ਬਡਿੰਗ ਇਹਨਾਂ ਦੀ ਅੰਦਰ ਪਤਾ ਨਹੀਂ ਕਿਹਦੀ ਹੈ ਕਿਹਦੀ ਨਹੀਂ। ਮੈਂ ਮੈਨੇਜਰ ਦਾ ਨੰਬਰ ਮੰਗਿਆ ਇਹਨਾਂ ਨੇ ਮੈਨੂੰ, ਹੁਣ ਤੱਕ ਨਾ ਕਾਲ ਕੀਤੀ ਆ ਵਾਪਸ, ਨਾ ਇਹਨਾਂ ਨੇ ਮੈਨੂੰ ਕੋਈ ਨੰਬਰ ਦਿੱਤਾ ਮੈਨੇਜਰ ਦਾ ਕਿਸੇ ਸਾਹਿਬ ਦੇ। ਮੰਗ ਕਰਦੇ ਇਹਨਾਂ ਦਾ ਬੰਦ ਕੀਤਾ ਜਾਵੇ, ਇੱਥੇ ਗੰਦ ਖਿਲਾਉਣ ਨੂੰ ਇਹਦਾ ਬੱਚੇ ਮਾਰ ਦੇਣਗੇ ਲੋਕਾਂ ਦੇ ਖਾ ਕੇ ਲਾ ਕੇ। ਇਹਦੇ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ਇਹਨਾਂ ਦੀ ਮਹਿਕਮਾ, ਕੇ ਫੂਡ ਸਪਲਾਈ ਵਾਲਾ ਚੈਕਿੰਗ ਕਰੇ ਇਹਨਾਂ ਦੀ ਆ ਕੇ ਮਹਿਕਮਾ। ਕੰਪਲੇਂਟ ਨਹੀਂ ਕੀਤੀ ਮੈਂ ਇਹਨਾਂ ਕੋਲ, ਪਹੁੰਚਿਆ ਜੀ ਤੁਹਾਨੂੰ ਲੈ ਕੇ। ਮੇਰਾ ਨਾਮ ਜੀ ਮਨੋਜ ਕੁਮਾਰ, ਮੱਛੋੜ ਦੇ ਰਹਿਣ ਵਾਲੇ। ਮਾਮਲਾ ਇਹ ਹੋਇਆ ਜੀ, ਮੇਰੇ ਦੋਸਤ ਨੇ ਪੀਜ਼ਾ ਮੰਗਾਇਆ ਸੀ ਰਤੀਪੁਰ ਪਿੰਡ, ਅੱਜ ਤੋਂ ਅੱਧਾ ਘੰਟਾ ਪਹਿਲਾਂ। ਪੀਜ਼ੇ ਦੇ ਵਿੱਚ ਜਦੋਂ ਬੱਚਾ ਖਾਣ ਲੱਗੇ, ਪੀਸ ਖਾਣ ਲੱਗੇ, ਉਹ ਕੋਕਰੋਚ ਦਾ ਪੀਸ ਕੋਕਰੋਚ ਦੇ ਵਿੱਚ ਪੀਜ਼ੇ ਦੇ ਵਿੱਚ ਸੀਗਾ। ਜਦੋਂ ਇਹਨੇ ਕੰਪਲੇਂਟ ਕੀਤੀ ਕਸਟਮਰ ਕਿਤੇ, ਕੰਪਲੇਂਟ ਕੀਤੀ ਵੀ ਆਹ ਭਾਈ ਸਾਡਾ ਕੋਕਰੋਚ ਦੇ ਵਿੱਚ ਨਿਕਲਿਆ ਹੈਗਾ ਵਾ। ਇਹ ਕਹਿੰਦੇ ਪਏ ਆ ਵੀ ਕੋਈ ਗੱਲ ਨੀ, ਗਲਤੀ ਤਾਂ ਹੋ ਹੀ ਜਾਂਦੀ ਆ, ਤਾਂ ਕੀ ਹੋਇਆ ਕੋਕਰੋਚ ਵਿੱਚ ਨਿਕਲਿਆ ਆ। ਕੋਕਰੋਚ ਵਿੱਚ ਨਿਕਲਿਆ ਤਾਂ ਐਡੀ ਕੀ ਗੱਲ ਹੋ ਗਈ ਆ, ਉਹਨੂੰ ਪੀਸ ਚੇਂਜ ਕਰਕੇ ਵਾਪਸ ਦੇ ਦਿੰਦੇ, ਸਾਡੇ ਪੈਸੇ ਵਾਪਸ ਦੇ ਦਿੰਦੇ ਹੈਗੇ ਆ। ਕੀ ਬੰਦੇ ਦੀ ਹੁਣ ਪੈਸੇ ਦੀ ਸਾਰੀ ਕੀਮਤ ਰਹਿ ਗਈ ਹੈਗੀ, ਜੇ ਕੱਲੂ ਤੂੰ ਬੱਚਾ ਖਾ ਲੈਂਦਾ ਉਹ ਜਿਹੜਾ ਜ਼ਿੰਮੇਵਾਰ ਕੌਣ ਹੋਣਾ ਸੀਗਾ। ਠੀਕ ਹੈ, ਪਿੱਛੇ ਜਿਹਾ ਕੇਕ ਦੇ ਵਿੱਚ ਕਿਸੇ ਨੇ ਜ਼ਹਿਰ ਪਾ ਕੇ ਦਿੱਤਾ, ਬੱਚਾ ਮਰ ਗਿਆ। ਅੱਜ ਕੱਲ੍ਹ ਸਭ ਦੇ ਇਕੱਲੇ ਇਕੱਲੇ ਬੱਚੇ ਹੈਗੇ, ਇੱਕ ਇੱਕ ਦੋ ਬੱਚੇ ਹੈਗੇ ਨੇ, ਇਹਦਾ ਕੋਈ ਹੱਲ ਹੋਣਾ ਚਾਹੀਦਾ, ਪੱਕਾ ਹੱਲ ਹੋਣਾ ਚਾਹੀਦਾ। SM ਨੂੰ ਫੂਡ ਸੇਫਟੀ ਵਾਲੇ ਨੂੰ ਵੀ ਦੇਖਣਾ ਚਾਹੀਦਾ ਨਾ, ਆ ਕੇ ਮਿੰਟ ਮਿੰਟ ਮਹੀਨੇ ਮਹੀਨੇ ਬਾਅਦ 15 ਮਿੰਟ ਚੈਕਿੰਗ ਕਰਨੀ ਚਾਹੀਦੀ ਹੈ। ਜਿਹੜਾ ਜ਼ਿੰਮੇਵਾਰ ਹੋਊਗਾ, ਜੇ ਕੱਲ ਨੂੰ ਕਿਸੇ ਦਾ ਬੱਚਾ, ਇਹ ਤਾਂ ਇੱਕ ਵਾਰੀ ਫੜ ਲਿਆ, ਹਾਲੇ ਪਤਾ ਨੀ ਕਿੰਨੀ ਵਾਰੀ ਇਹਨਾਂ ਕਿਹਦੇ ਕਿਹਦੇ ਘਰੇ ਚਲਾ ਗਿਆ। ਚਲੋ ਇਹਨਾਂ ਨੇ ਤਾਂ ਟੋਪਿਕ ਇਸ ਚੀਜ਼ ਨੂੰ ਚੱਕ ਲਿਆ, ਪਤਾ ਨੀ ਹਾਲੇ ਕਿਹਦੇ ਕਿਹਦੇ ਘਰੇ ਕੀ ਕੀ ਕਿਹਾ ਹੈਗਾ।
ਫੂਡ ਸਪਲਾਈ ਵਾਲੇ ਚਾਹੀਦਾ ਇਹਨਾਂ ਦੀ ਚੈਕਿੰਗ ਕਰਨ, ਟਾਈਮ ਟਾਈਮ ਤੇ ਚੈਕਿੰਗ ਕਰਨੀ ਚਾਹੀਦੀ ਇਹਨਾਂ ਦੀ। ਇਹ ਹੈਲੋ ਫੂਡ ਵਾਲੇ ਹੈਗੇ ਨੇ ਜੀ, ਮਾਛੋੜੇ ਆ ਦਸਹਿਰਾ ਗਰਾਊਂਡ ਰੋਡ ਦੇ ਉੱਤੇ ਜੀ, ਉੱਥੇ ਤੇ ਇਹਨਾਂ ਨਾਲ ਗੱਲ ਕਰਦੇ ਆ ਤਾਂ ਗੱਲ ਵੀ ਸੁਣਨ ਨੂੰ ਬਾਹਰ ਤਿਆਰ ਨਹੀਂ ਹੁੰਦੇ। ਬਾਹਰ ਆ ਕੇ ਇੱਕ ਵਾਰੀ ਕਸਟਮਰ ਨਾਲ ਗੱਲ ਵੀ ਨਹੀਂ ਕੀਤੀ ਤੁਹਾਨੂੰ ਪ੍ਰੋਬਲਮ ਕੀ ਹੈ, ਅੰਦਰ ਬੈਠੇ ਮਾਲਕ ਨੂੰ ਫੋਨ ਲਾਇਆ ਤਾਂ ਮਾਲਕ ਦਾ ਫੋਨ ਬੰਦ ਆ। ਮੈਂ ਜੋਬ ਕਰਦਾ ਵੀਰੇ। ਕੀ ਗੱਲ ਗੱਲ ਵੀਰੇ? ਕੁਛ ਵੀ ਨਹੀਂ ਹੋਈ, ਕਾਲ ਆਈ ਸੀ ਉਹਨਾਂ ਦੀ ਹਨਾ, ਪਹਿਲਾਂ ਹੋਮ ਡਿਲੀਵਰੀ ਹੋਇਆ ਸੀ ਪੀਜ਼ਾ, ਅੱਜ ਤੱਕ ਵੈਸੇ ਕੋਈ ਇਹੋ ਜਿਹਾ ਇਸ਼ੂ ਹੋਇਆ ਨਹੀਂ ਸਾਡੇ ਕੋਲ ਹਨਾ। ਕਾਲ ਆਈ, ਉਹਨਾਂ ਕਾਲ ਕੀਤੀ ਤੇ ਅਸੀਂ ਕਿਹਾ ਵੀ ਅੱਜ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਸਾਡੇ ਇੱਥੇ ਹਨਾ, ਜੇ 1% ਹੋਇਆ ਵੀ ਉਹ ਤੇ ਅਸੀਂ ਚੇਂਜ ਕਰ ਦਿੰਦੇ ਹਾਂ ਵੀਰੇ ਹਨਾ। ਤੁਸੀਂ ਇੰਨੀ ਗੱਲ ਕਹੀ ਉਹਨਾਂ ਨੂੰ? ਹਾਂਜੀ ਹਾਂਜੀ, ਕਾਲ ਤੇ ਮੇਰੀ ਗੱਲ ਹੋਈ ਉਹਨਾਂ ਨਾਲ, ਠੀਕ ਆ। ਤੇ ਇੰਨੇ ਆਊਟਲੈਟ ਨੇ ਹਨਾ ਸਾਡੇ, ਅਜੇ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਕਦੇ ਕਿਤੇ ਵੀ, ਬਸ ਇੰਨੀ ਗੱਲ ਹੋਈ ਆ। ਫਿਰ ਇੱਥੇ ਆ ਗਏ, ਫਰੈਸ਼ ਹੁੰਦਾ ਵੀਰੇ ਟੋਟਲ ਕਟਿੰਗ ਤੋਂ ਲੈ ਕੇ, ਟੋਟਲ ਵੈਜ ਆ ਸਾਡਾ। ਪਹਿਲੀ ਗੱਲ ਤਾਂ ਇਹ ਆ ਟੋਟਲ ਫਰੈਸ਼ ਹੁੰਦਾ, ਡੇਲੀ ਚੈੱਕ ਹੁੰਦਾ ਵਾ, ਦੋ ਦੋ ਵਾਰ ਤਿੰਨ ਤਿੰਨ ਵਾਰ ਜਿੰਨੀ ਵਾਰੀ ਵੀ ਅਸੀਂ ਦੇਖੀ ਆ ਨਾ, ਸਭ ਚੈੱਕ ਹੋ ਕੇ ਜਾਂਦਾ ਵਾ। ਪੀਜ਼ਾ ਵੀ ਚੈੱਕ ਹੋ ਕੇ ਜਾਂਦਾ ਇੱਥੋਂ ਹਨਾ, ਪਹਿਲਾਂ ਬਣਨਾ ਨਿਕਲਣਾ ਫਿਰ ਚੈੱਕ ਹੋ ਕੇ ਜਾਣਾ। ਤੇ ਪਹਿਲੀ ਗੱਲ 400 ਦਾ ਟੈਂਪਰੇਚਰ ਹੁੰਦਾ ਹਨਾ, ਉਹ ਬੰਦਾ ਜੇ ਕੋਈ ਇਹੋ ਜਿਹਾ ਇਸ਼ੂ ਤੇ ਉਹ ਭੁੱਜ ਜਾਣਾ ਸੀ ਵੀਰੇ ਵਿੱਚ ਹਨਾ, ਮਤਲਬ ਜਲ ਜਾਣਾ ਸੀ। ਬਸ ਇਹੀ ਕੁਛ ਆ। ਹਾਂਜੀ, ਪੂਰਾ ਪ੍ਰੋਪਰ ਚੈੱਕ ਹੋ ਕੇ ਜਾਂਦਾ ਜਦੋਂ ਕਟਿੰਗ ਕਰੀ ਦੀ ਇੱਕ ਵਾਰੀ ਤਾਂ ਉਦੋਂ ਚੈੱਕ ਹੁੰਦਾ ਹਨਾ, ਫਿਰ ਅੱਗੇ ਜਾਂਦਾ ਵਾ ਕਾਊਂਟਰ ਤੇ, ਫਿਰ ਉੱਥੇ ਕਾਊਂਟਰ ਤੇ ਫਿਰ ਇੱਕ ਵਾਰੀ ਚੈੱਕ ਹੋ ਕੇ ਫਿਰ ਜਾਂਦਾ। ਨਹੀਂ ਨਹੀਂ ਵੀਰੇ, ਕੁਛ ਗਲਤ ਨਹੀਂ ਬੋਲਿਆ ਗਿਆ, ਅਸੀਂ ਇਹੀ ਬੋਲਿਆ ਵੀ ਵੀਰੇ ਪਹਿਲੀ ਗੱਲ ਤੇ ਸਾਡੇ ਤੋਂ ਗਲਤੀ ਹੋਈ ਨਹੀਂ ਹਨਾ, 1% ਜੇ ਹੋਈ ਵੀ ਆ ਕਿਤੇ ਤੇ ਅਸੀਂ ਚੇਂਜ ਕਰ ਸਕਦੇ।